ਸਤਿ ਸ੍ਰੀ ਅਕਾਲ ਦੋਸਤੋ, ਆਓ ਅੱਜ ਗੱਲ ਕਰਦੇ ਹਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ, ਜਿਨ੍ਹਾਂ ਦੀ ਪੇਂਟਿੰਗ ਅਸੀਂ ਪਿਛਲੇ ਦਿਨੀ ਮਹਿਤਪੁਰ ਕਸਬੇ ਦੇ ਨਾਲ ਲੱਗਦੇ ਪਿੰਡ ਸੋਹਲ ਜੰਗੀਰ ਵਿਖੇ ਬਣਾਈ। ਇਹ ਪੇਂਟਿੰਗ ਪਰਸਨਲ ਪ੍ਰੋਪਰਟੀ 'ਤੇ ਬਣਾਈ ਹੈ, ਮੇਰਾ ਵੀਰ ਅਮੈਰੀਕਾ 'ਚ ਆ, ਉਹਨਾਂ ਦੀ ਕੰਧ 'ਤੇ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦਾ ਮਸੀਹਾ ਕਿਹਾ ਜਾਵੇ ਤਾਂ ਕੋਈ ਇਸ 'ਚ ਅਤਕਥਨੀ ਨਹੀਂ ਹੋਵੇਗੀ। ਉਹਨਾਂ ਨੇ ਸਟੇਟ ਦੁਆਰਾ ਬੇਕਸੂਰੇ ਨੌਜਵਾਨਾਂ ਦੇ ਕਤਲੇਆਮ ਨੂੰ ਨਸ਼ਰ ਕੀਤਾ, ਉਹਨਾਂ ਨੂੰ ਸਾਹਮਣੇ ਲੈ ਕੇ ਆਉਂਦਾ। ਉਹਨਾਂ ਨੇ ਅਣਪਛਾਤੇ ਕਹਿ ਕੇ ਸਾਡੇ ਨੌਜਵਾਨਾਂ ਦੇ ਵੇਰਵੇ ਨੂੰ ਲੱਭਿਆ। ਇਹ ਲਾਸ਼ਾਂ ਕੋਈ ਥੋੜ੍ਹੀਆਂ ਬਹੁਤ ਨਹੀਂ ਸੀ, ਲਗਭਗ 25,000 ਦੇ ਕਰੀਬ ਇਹ ਲਾਸ਼ਾਂ ਦਾ ਭੇਤ, ਜਿਨ੍ਹਾਂ ਨੂੰ ਜੱਗ ਜ਼ਾਹਿਰ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਹੀ ਨੇ। ਅਤੇ ਅਖੀਰ ਫਿਰ ਉਹੀ ਹੋਇਆ ਜਿਸ ਦਾ ਖਦਸਾ ਸੀ। ਉਹਨਾਂ ਨੂੰ 6 ਸਤੰਬਰ ਵਾਲੇ ਦਿਨ ਅੰਮ੍ਰਿਤਸਰ ਉਹਨਾਂ ਦੇ ਨਿੱਜੀ ਰਹਿਸ਼ 'ਚੋਂ ਦਿਨ ਵੇਲੇ ਪੁਲਿਸ ਦੀ ਧਾੜ ਨੇ ਚੁੱਕ ਲਿਆ। ਉਹਨਾਂ 'ਤੇ ਆਪਣੇ ਅਕੀਦੇ ਤੋਂ ਹਟਣ ਲਈ ਅਣਮਨੁੱਖੀ ਤਸ਼ੱਦਦ ਕੀਤਾ, ਕਿਉਂਕਿ ਪੁਲਿਸ ਚਾਹੁੰਦੀ ਸੀ ਕਿ ਜੋ ਲਵਾਰ ਸਰਾ ਲਾਸ਼ਾਂ ਦਾ ਭੇਦ ਹੈ ਉਸ 'ਤੇ ਪਰਦਾ ਪੈ ਸਕੇ। ਪਰ ਉਹਨਾਂ ਨੇ ਆਪਣੇ ਫਰਜ਼ ਨੂੰ ਅੱਗੇ ਰੱਖਦੇ ਹੋਏ ਆਪਣਾ ਆਪ ਨਿਸ਼ਵਾਰ ਕਰ ਦਿੱਤਾ। ਮੇਰਾ ਤਹਿ ਦਿਲੋਂ ਸਲਿਊਟ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ। ਦੋਸਤੋ, ਅਸੀਂ ਇਸ ਤਰ੍ਹਾਂ ਦੇ ਨਾਲ ਹੀ ਕੁਛ ਵੀਡੀਓ ਬਣਾਉਂਦੇ ਰਹਿੰਦੇ ਹਾਂ, ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਉਂਦੀਆਂ ਹੋਣਗੀਆਂ, ਅਤੇ ਹੋ ਸਕੇ ਤਾਂ ਇਹਨਾਂ ਨੂੰ ਸ਼ੇਅਰ ਕਰ ਦਿਓ। ਅਤੇ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਜਾਂ ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ ਪੇਂਟਰ ਯੋਗਰਾਜ ਸਿੰਘ ਦੇ ਨਾਮ 'ਤੇ ਹੈ, ਉਹਨਾਂ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ। ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ 'ਚ ਕੁਛ ਹੋਰ ਲੈ ਕੇ। ਸਤਿ ਸ਼੍ਰੀ ਅਕਾਲ ਜੀ।